ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਅੱਜ ਦੇ ਨਵੇਂ ਬਲੌਗ ਦੇ ਵਿੱਚ। ਜਿਵੇਂ ਕਿ ਤੁਸੀਂ ਕੈਪਸ਼ਨ 'ਚ ਦੇਖ ਹੀ ਲਿਆ ਹੋਣਾ ਵੀ ਆਪਾਂ ਲੇਹ ਲਦਾਖ ਵੱਲ ਦਾ ਟ੍ਰਿਪ ਕੱਢ ਰਹੇ ਹਾਂ, ਅਤੇ ਟਾਈਮ ਕਰੀਬ ਹੋ ਗਿਆ ਵੀ 9:50 ਸਵੇਰ ਦੇ। ਅਸੀਂ ਲੇਟ ਹੀ ਚੱਲਣਾ ਸੀ ਕਿਉਂਕਿ ਅੱਜ ਲੰਬਾ ਸਫ਼ਰ ਨਹੀਂ ਕਰਨਾ, ਅਤੇ ਮੈਂ ਨਿਕਲਿਆ ਘਰੋਂ ਹੁਣ, ਅਤੇ ਕੱਲ੍ਹ ਥੋੜ੍ਹਾ ਗੱਡੀ ਦਾ ਕੰਮ ਵਗੈਰਾ ਕਰਾ ਕੇ ਲੈ ਕੇ ਆਏ ਸੀਗੇ। ਅਤੇ ਇੱਕ ਜਿਵੇਂ ਜਿਹੜੀ ਮੈਂ ਉੱਧਰੋਂ ਬਾਰ ਲੈ ਕੇ ਆਇਆ ਸੀਗਾ, ਇੱਕ LED ਲਾਈਟ ਬਾਰ, ਲਾਈਟ ਫੋਰਸ ਦੀ 20 ਇੰਚ ਦੀ, ਅਤੇ ਉਹਦੀ ਫਿਟਿੰਗ ਕਰਵਾਈ ਸੀ ਕੱਲ੍ਹ, ਸਿਰਫ ਇਸ ਚੱਕਰ 'ਚ ਕਿ ਲਾਈਟ ਵਗੈਰਾ ਦੀ ਕਮੀ ਨਾ ਰਹੇ ਕੋਈ। ਅਤੇ ਮੈਂ ਤੁਹਾਨੂੰ ਦਿਖਾਊਂਗਾ ਉਹਦਾ ਰਿਵਿਊ, ਉਹ ਮਤਲਬ ਬਹੁਤ ਵਧੀਆ ਸ਼ਾਨਦਾਰ ਲਾਈਟ ਹੈ, ਉਹਦਾ ਮੈਂ ਅਲੱਗ ਤੋਂ ਬਲੌਗ ਬਣਾਊਂਗਾ। ਅਤੇ ਜੇ ਕਿਸੇ ਨੂੰ ਚਾਹੀਦੀ ਹੋਈ ਤਾਂ ਉਹਦਾ ਤੁਸੀਂ ਰਿਵਿਊ ਦੇਖ ਕੇ ਤੁਸੀਂ ਆਪ ਡਿਸਾਈਡ ਕਰ ਸਕਦੇ ਹੋ ਵੀ ਇਹ ਤੁਹਾਨੂੰ ਵਰਥ ਇਟ ਹੈ ਕਿ ਨਹੀਂ ਹੈ, ਪਰ ਮੈਨੂੰ ਤਾਂ ਵਰਥ ਇਟ ਲੱਗੀ ਉਹ। ਅਤੇ ਉਹ ਕੰਮ ਕੁੰਮ ਕਰਾ ਕੇ ਅਤੇ ਫਿਰ ਰਾਤੀ ਲੇਟ ਹੋ ਗਿਆ, ਅਤੇ ਫਿਰ ਹੁਣ ਨਿਕਲਦਿਆਂ ਇੱਥੋਂ ਮੈਂ ਹੁਣ ਚੱਕਣਾ ਗੁਰਵਿੰਦਰ ਨੂੰ ਜਿਹੜਾ ਮੇਰਾ ਫਰੈਂਡ ਆ, ਅਤੇ ਫਿਰ ਅਸੀਂ ਦੋਨਾਂ ਨੇ ਨਿਕਲਣਾ ਬਠਿੰਡੇ ਤੋਂ। ਅਤੇ ਇਹ ਅਨਪਲੈਨਡ ਟ੍ਰਿਪ ਆ ਟੋਟਲੀ, ਅਤੇ ਕੋਈ ਪਲੈਨਿੰਗ ਨਹੀਂ, ਮਤਲਬ ਵੀ ਜਿੱਥੇ ਮਨ ਕੀਤਾ ਅਸੀਂ ਉੱਥੇ ਸਟੋਪ ਕਰਨਾ। ਅਤੇ ਦੇਖੋ 5 ਦਿਨ ਵੀ ਲੱਗ ਸਕਦੇ ਆ ਅਤੇ 7-8 ਦਿਨ ਵੀ ਲੱਗ ਸਕਦੇ ਆ, ਕੋਈ ਆਈਡੀਆ ਨਹੀਂ। ਮਤਲਬ ਸਿੰਪਲ ਲੈਂਗੁਏਜ ਦੇ ਵਿੱਚ ਜਿਵੇਂ ਕਹਾਂ ਵੀ ਜਦੋਂ ਲੱਤਾਂ ਭਾਰ ਝੱਲਣੋਂ ਹਟ ਗਈਆਂ ਉਦੋਂ ਮੁੜ ਆਵਾਂਗੇ। ਅਤੇ ਬਾਕੀ ਦੇਖਦੇ ਹਾਂ, ਐਕਸਾਈਟਡ ਤਾਂ ਮੈਂ ਤਾਂ ਬਹੁਤ ਹਾਂ ਕਿਉਂਕਿ 2-3 ਮਹੀਨੇ ਤੋਂ ਪਲੈਨਿੰਗ ਕਰ ਰਹੇ ਹਾਂ ਵੀ ਕੀ ਲੈ ਕੇ ਜਾਣਾ ਕੀ ਨਹੀਂ ਲੈ ਕੇ ਜਾਣਾ ਸਾਰਾ ਕੁਛ। ਮੈਂ ਤਾਂ ਰਜਾਈ ਵਗੈਰਾ ਵੀ ਚੱਕੀ ਹੈ ਦੇਖੋ ਤੁਸੀਂ ਪਿੱਛੇ, ਕੰਬਲ ਸੋਰੀ। ਅਤੇ ਬਾਕੀ ਦੇਖਦੇ ਹਾਂ ਕਿਵੇਂ ਰਹਿੰਦਾ ਟ੍ਰਿਪ ਇਹ, ਹਲੇ ਤਾਂ ਮੈਂ ਨਿਕਲਿਆ, ਹਲੇ ਕਰੀਬ ਲੱਗਣਾ ਮੈਨੂੰ 1.5 ਘੰਟਾ ਲੱਗਣਾ ਬਠਿੰਡੇ ਪਹੁੰਚਣ ਨੂੰ, ਅਤੇ ਫਿਰ ਉਸ ਤੋਂ ਬਾਅਦ ਨਿਕਲਾਂਗੇ ਉੱਥੋਂ ਇਕੱਠੇ ਹੋ ਕੇ। ਇੰਜੋਏ ਕਰਿਓ ਤੁਸੀਂ ਲੇਹ ਲਦਾਖ ਦਾ ਟ੍ਰਿਪ। ਕੁਛ ਐਵੇਂ ਦਾ ਮੌਸਮ ਆ, ਵਧੀਆ ਬਾਹਰ, ਹਲੇ 29 ਡਿਗਰੀ ਆ ਟੈਂਪਰੇਚਰ, ਕੋਈ ਜ਼ਿਆਦਾ ਨਹੀਂ ਆ। ਅਤੇ ਇੱਕ ਗੱਲ ਹੋਰ ਵੀ ਹੈ, ਮਤਲਬ ਅਸੀਂ ਖਰਚਾ ਕਾਊਂਟ ਕਰਾਂਗੇ ਵੀ ਅਸੀਂ ਕਿੰਨਾ ਹੋ ਰਿਹਾ ਸਾਡਾ, ਅਤੇ ਐਟ ਦੇ ਐਂਡ ਮਤਲਬ ਜਿਹੜਾ ਲਾਸਟ ਵਲੌਗ ਹੋਊਗਾ ਉਹਦੇ ਵਿੱਚ ਮੈਂ ਖਰਚਾ ਵੀ ਦੱਸੂੰਗਾ, ਅਤੇ ਨਾਲ ਦੱਸੂੰਗਾ ਵੀ ਕਿੱਥੇ ਕਿੱਥੇ ਅਸੀਂ ਰੁਕੇ, ਕਿੱਥੇ ਕਿੱਥੇ ਅਸੀਂ ਸਟੋਪ ਕੀਤਾ, ਅਤੇ ਕੀ ਖਰਚਾ ਹੋਇਆ, ਖਾਣ ਪੀਣ ਸਭ A to Z, ਮਤਲਬ ਤਾਂ ਕਿ ਦੇਖਣ ਵਾਲੇ ਨੂੰ ਥੋੜ੍ਹਾ ਅੰਦਾਜ਼ਾ ਹੋ ਜਾਵੇ ਜੇ ਕਿਸੇ ਨੇ ਜਾਣਾ ਤਾਂ ਵੀ ਉਹ ਕੀ ਐਕਸਪੈਕਟ ਕਰ ਸਕਦੇ ਆ। ਮੈਂ ਪਹੁੰਚਣ ਲੱਗਾ ਜੀ ਬਠਿੰਡੇ, ਬਸ 15 ਮਿੰਟਾਂ 'ਚ ਪਹੁੰਚ ਜਾਣਾ, ਜਿਵੇਂ ਮੈਪ ਦਿਖਾ ਰਿਹਾ ਸੀਗਾ ਵੀ 1 ਘੰਟਾ 45 ਮਿੰਟ ਲੱਗਣੇ ਆ ਨਾ। ਸੜਕ ਇੰਨੀ ਸਾਫ਼ ਹੈ ਨਾ, ਮਤਲਬ ਵੀ ਤੁਸੀਂ ਇਹ ਲਾ ਲਓ ਮੈਂ 1 ਘੰਟਾ 5 ਮਿੰਟਾਂ ਦੇ ਵਿੱਚ ਇੱਥੇ ਆ ਗਿਆ, 80 ਕਿਲੋਮੀਟਰ ਆ ਚੁੱਕਿਆ। ਅਤੇ ਕੋਈ ਜ਼ਿਆਦਾ ਜਿਵੇਂ ਕਹਿੰਦੇ ਭਜਾਈ ਵੀ ਹੈ ਨਹੀਂ, ਨੋਰਮਲ 80-90 ਹੀ ਆਏਗੇ। ਅਤੇ ਹੁਣ ਇੱਥੋਂ ਕਹਿ ਰਿਹਾ ਵੀ 10 ਕਿਲੋਮੀਟਰ ਪਿਆ ਹਲੇ ਬਠਿੰਡਾ, ਅਤੇ ਸੜਕਾਂ ਬਹੁਤ ਸਾਫ਼ ਨੇ, ਅਤੇ ਹਲੇ ਕੋਈ ਟੋਲ ਵੀ ਨਹੀਂ ਆਇਆ ਇੱਧਰ। ਮੈਨੂੰ ਇਹ ਸੀਗਾ ਵੀ ਇੱਧਰ ਟੋਲ ਆ ਹੀ ਜਾਣਾ, ਜਿੰਨੀਆਂ ਸਾਫ਼ ਸੜਕਾਂ ਨੇ ਟੋਲ ਵੀ ਹੈ ਨਹੀਂ, ਜੋ ਚੰਗੀ ਗੱਲ ਆ। ਅਤੇ ਬਾਕੀ ਚੱਲਦੇ ਹਾਂ ਅੱਗੇ, ਗੁਰਵਿੰਦਰ ਦੇ ਘਰ ਜਾਣਾ ਮੈਂ, ਉੱਥੇ ਉਹਨੂੰ ਪਿੱਕ ਕਰਨਾ, ਅਤੇ ਫਿਰ ਉੱਥੋਂ ਚਾਹ ਪਾਣੀ ਪੀ ਕੇ ਬਸ ਫਿਰ ਉੱਥੋਂ ਨਿਕਲ ਜਾਣਾ ਆਪਾਂ ਆਪਣੇ ਪਠਾਨਕੋਟ ਵੱਲ ਨੂੰ। ਦੇਖਦੇ ਹਾਂ ਵੀ ਆ ਇਸ ਵਾਰ ਆਪਾਂ ਕਿੱਥੇ ਰੁਕਦੇ ਹਾਂਗੇ, ਕਿਉਂਕਿ ਮੈਂ ਸ਼੍ਰੀਨਗਰ ਦਾ ਚੈੱਕ ਕੀਤਾ ਸੀ ਵੀ ਸ਼੍ਰੀਨਗਰ ਕਿੰਨਾ ਪੈਣਾ, ਉਹਦੀ ਹੈਗੀ ਆ ਜੀ ਬਠਿੰਡੇ ਤੋਂ 12 ਘੰਟੇ ਦੀ ਡਰਾਈਵ ਵਾਇਆ ਪਠਾਨਕੋਟ, ਜੋ ਪੋਸੀਬਲ ਨਹੀਂ ਹੋ ਸਕਦੀ, ਕਿਉਂਕਿ ਜੇ 12 ਘੰਟੇ ਆਪਾਂ ਲਾਵਾਂਗੇ ਤਾਂ 12 ਵਜੇ ਮੰਨ ਲਓ ਜੇ ਨਿਕਲੇ ਉੱਥੋਂ ਤਾਂ ਰਾਤ ਨੂੰ 12 ਵਜੇ ਪਹੁੰਚਾਂਗੇ, ਅਤੇ ਇਹ ਵੀ ਨਹੀਂ ਵੀ 12 ਘੰਟੇ 'ਚ ਪਹੁੰਚ ਜਾਣਾ ਕਿਉਂਕਿ ਰੁਕਾਂਗੇ ਵੀ ਰਸਤੇ 'ਚ, ਮਤਲਬ ਰਾਤ ਦੇ 2-3 ਵੱਜ ਜਾਣੇ। ਸੋ ਸ਼੍ਰੀਨਗਰ ਤਾਂ ਨਹੀਂ ਹੋ ਸਕਣਾ ਅੱਜ ਪੋਸੀਬਲ, ਉਹ ਤੋਂ ਪਹਿਲਾਂ ਮਤਲਬ ਜਿੱਥੇ ਸਾਨੂੰ ਸੈੱਟ ਜਾ ਬੈਠਿਆ ਸੀ ਉੱਥੇ ਸਟੇ ਕਰਾਂਗੇ, ਅਤੇ ਬਾਕੀ ਜਦੋਂ ਗੁਰਵਿੰਦਰ ਆਊਗਾ ਬੈਠੂਗਾ ਉਹਦੇ ਨਾਲ ਫਿਰ ਕਰਦੇ ਹਾਂ ਸਲਾਹ ਆਪਾਂ, ਅਤੇ ਨਾਲੇ ਫਿਰ ਤੁਹਾਨੂੰ ਵੀ ਅਪਡੇਟ ਦੇ ਹੀ ਚੱਲਾਂਗੇ। ਇਹ ਹੈਗੀ ਜੀ ਗੱਡੀ ਦੀ ਮੈਂ ਐਵਰੇਜ, ਤੁਹਾਨੂੰ ਮੈਂ ਦੱਸਾਂ ਜੀ ਕਿੰਨੀ ਦੇ ਰਹੀ ਹੈ ਇਸ ਟਾਈਮ, ਜਿਵੇਂ ਡੀਜ਼ਲ ਇੰਜਣਾ 2 ਲੀਟਰ ਟਰਬੋ, ਇਹਦਾ ਮੈਂ ਹੁਣ ਟ੍ਰਿਪ ਲਗਾਇਆ ਵੀ ਦੇਖਦੇ ਹਾਂ ਕਿੰਨੀ ਕੁ ਐਵਰੇਜ ਦਊਗੀ। ਇਸ ਟਾਈਮ ਮੈਂ ਜਦੋਂ ਚੱਲਿਆ ਸੀਗਾ ਉੱਥੋਂ ਮੈਂ ਟ੍ਰਿਪ 0 ਕਰਕੇ ਮੈਂ ਦੁਬਾਰਾ ਚੱਲਿਆ,
ਇਸ ਟਾਈਮ ਕਰੰਟ ਤਾਂ ਦਿਖਾ ਰਹੀ ਹੈ ਵੀ ਜੋ ਐਵਰੇਜ ਹੈ ਹੁਣ ਤੱਕ ਦੀ ਜਦੋਂ ਮੈਂ ਪਿੰਡੋਂ ਚੱਲਿਆ ਘੰਟਾ ਪਹਿਲਾਂ 16.6 ਕਿਲੋਮੀਟਰ ਦੀ ਅਤੇ ਪੂਰਾ ਟ੍ਰਿਪ ਕਵਰ ਕਰਕੇ ਆਪਾਂ ਦੇਖਾਂਗੇ ਵੀ ਕਿੰਨੀ ਐਵਰੇਜ ਦਿਖਾ ਰਿਹਾ ਇਹ ਅਤੇ ਫਿਰ ਉਹਦੇ ਹਿਸਾਬ ਨਾਲ ਵੀ ਥੋੜ੍ਹਾ ਸੈੱਟ ਜਿਹਾ ਹੋ ਜਾਣਾ ਕੰਮ ਨਾਲੇ ਪਤਾ ਲੱਗ ਜੂ ਆਈਡੀਆ ਜਿਹਾ ਹੋ ਜਾਂਦਾ ਵੀ ਕਿੰਨੀ ਖਪਤ ਹੈ ਕਿੰਨੀ ਨਹੀਂ ਅਤੇ ਜਦੋਂ ਹੁਣ ਹੇਮਕੁੰਡ ਸਾਹਿਬ ਗਏ ਸੀਗੇ ਤੁਸੀਂ ਜੇ ਕਿਸੇ ਨੇ ਨਹੀਂ ਦੇਖੀ ਸੀਰੀਜ਼ ਤਾਂ ਜਾ ਕੇ ਵੇਖਿਓ ਅਤੇ ਉਹ ਹੇਮਕੁੰਡ ਸਾਹਿਬ ਗਏ ਸੀ ਉਹ ਸਾਨੂੰ ਪਿਆ ਸੀਗਾ 1200 ਕਿਲੋਮੀਟਰ ਆਉਣ ਜਾਣ ਉਹਦੇ ਵਿੱਚ ਸਾਨੂੰ ਐਵਰੇਜ ਦਿੱਤੀ ਹੈ ਇਹਨੇ 13.8 ਦੀ ਮਤਲਬ ਜੋ ਬਹੁਤ ਸੋਹਣੀ ਐਵਰੇਜ ਕਹੂੰਗਾ ਮੈਂ ਤਾਂ ਅਤੇ ਬਾਕੀ ਇਹਦਾ ਕੋਈ ਨਹੀਂ ਦੇਖਦੇ ਇਹਦਾ ਟ੍ਰਿਪ ਥੋੜ੍ਹਾ ਲੰਬਾ ਹੋਊਗਾ 2000 ਦੇ ਕਰੀਬ ਸਾਨੂੰ ਲੱਗਦਾ ਵੀ ਅੰਦਾਜ਼ਾ ਬਣ ਜਾਣਾ 2000 ਕਿਲੋਮੀਟਰ ਦੇ ਕਰੀਬ ਅਤੇ ਫਿਰ ਦੇਖਦੇ ਹਾਂ ਕੀ ਬਣਦਾ ਚਲੋ ਜੀ ਜੁੜੇ ਰਹੋ ਫਿਰ ਮਿਲਦੇ ਹਾਂ ਤੁਹਾਨੂੰ ਗੁਰਵਿੰਦਰ ਨਾਲ ਜਦੋਂ ਮਿਲ ਗਿਆ ਉਹ ਬੈਠੂਗਾ ਫਿਰ ਉਹ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ ਗੁਰਵਿੰਦਰ ਨੂੰ ਚੱਕ ਲਈ ਆਪਾਂ ਹੁਣ ਅਤੇ ਆਹ ਬੈਠਾ ਨਾਲ ਹੀ ਪ੍ਰਧਾਨ ਕੀ ਹਾਲ ਚਾਲ ਆ ਮਿੱਤਰੋ ਠੀਕ ਠਾਕ ਨੇ ਸਾਰੇ ਸਾਰੇ ਠੀਕ ਠਾਕ ਕੱਢ ਦੋ ਫਿਰ ਕੋਕ ਪੀ ਲਓ ਅਸੀਂ ਆਇਆ ਹਲੇ 40 ਕਿਲੋਮੀਟਰ ਆਏਗੇ ਅਤੇ ਨਾਨਕਸਰ ਗੁਰਦੁਆਰਾ ਸਾਹਿਬ ਜਾਣਾ ਸੀ ਪਹਿਲਾਂ ਉੱਥੇ ਉਹ ਹੈਗਾ ਹਲੇ 80 ਕਿਲੋਮੀਟਰ ਪਿਆ ਹੈਗਾ ਅਤੇ ਫਿਰ ਜਾ ਕੇ ਉੱਥੇ ਦੇਖਦੇ ਹਾਂ ਬਣਾਵਾਂਗੇ ਕੋਈ ਡਰੋਨ ਵਗੈਰਾ ਦਾ ਵੀਡੀਓ ਬਣਾਉਣ ਦੀ ਸੋਚ ਰਹੇ ਹਾਂ ਬਾਕੀ ਦੇਖਾਂਗੇ ਜੇ ਮੌਕਾ ਲੱਗਿਆ ਤਾਂ ਪਾਵਾਂਗੇ ਵਿੱਚ ਇੱਧਰ ਇਹਨੂੰ ਕੋਕ ਦੀ ਵੀ ਲੱਗ ਗਿਆ ਹੀ ਪਿਆਸ ਇੰਨੀ ਛੇਤੀ ਅੱਧਾ ਘੰਟਾ ਹਲੇ ਹੋਇਆ ਨਹੀਂ ਵੀਰੇ ਇਹ ਜ਼ਰੂਰੀ ਚੀਜ਼ ਹੈ ਨਹੀਂ ਆ ਰੋਡ ਕੁਛ ਐਵੇਂ ਜੀ ਤਾਂ ਵਧੀਆ ਮਤਲਬ ਰੋਡ ਆ ਕੋਈ ਮਾੜਾ ਨਹੀਂ ਨਜ਼ਾਰੇਦਾਰ ਰੋਡ ਆ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸ਼੍ਰੀ ਨਾਨਕਸਰ ਹਰੀ ਕੇ ਪੱਤਣ ਅਤੇ ਮੱਥਾ ਟੇਕ ਲਿਆ ਅਸੀਂ ਅਤੇ ਮੈਂ ਵਿੱਚ ਇੱਕ ਡਰੋਨ ਸ਼ਾਟ ਵੀ ਪਾਊਂਗਾ ਤੁਸੀਂ ਵੇਖਿਓ ਨਜ਼ਾਰਾ ਇੱਥੇ ਦਾ ਅਤੇ ਇੱਥੇ ਦੋ ਨਹਿਰਾਂ ਵੀ ਪਾਟਦੀਆਂ ਨੇ ਇਹ ਹੈਗੀਆਂ ਜੀ ਕਿਹੜੀਆਂ ਕਿਹੜੀਆਂ ਨਹਿਰਾਂ ਇਹ ਰਾਜਸਥਾਨ ਫੀਡਰ ਅਤੇ ਸਰਹੰਦ ਫੀਡਰ ਹਾਂਜੀ ਸਟਾਰਟ ਹੁੰਦੀਆਂ ਫਲੱਡ ਗੇਟ ਨੇ ਵੱਡੇ ਵੱਡੇ ਆਹ ਫਲੱਡ ਗੇਟ ਆ ਗਏ ਵੱਡੇ ਵੱਡੇ ਉਹ ਅੱਡ ਆਹੀ ਨੇ ਨਾ ਅੱਡ ਅੱਡ ਉਹ ਉੱਧਰ ਪਾਕਿਸਤਾਨ ਨੂੰ ਰਾਹ ਜਾਂਦਾ ਪਰਾਂ ਵਾਲੇ ਪਾਸੋਂ ਠੀਕ ਹੈ ਆ ਜਿਹੜੀਆਂ ਬਾਣੀਆਂ ਉੱਪਰ ਨਹੀਂ ਸੀ ਹੋ ਗਈਆਂ ਐਤਕੀ ਉੱਧਰ ਫਲੱਡ ਗੇਟ ਖੋਲਣੇ ਸੀਗੇ ਅਤੇ ਉਹ ਤਾਂ ਆਹੀ ਹੈ ਇੱਥੋਂ ਓਕੇ ਇੱਥੋਂ ਸਟਾਰਟਿੰਗ ਹੁੰਦੀ ਸਾਰੀਆਂ ਚੀਜ਼ਾਂ ਦੀ ਠੀਕ ਹੈ ਜੰਮੂ ਇਹ ਸਾਰਾ ਪਾਣੀ ਪਿਛਲੀਆਂ 3 ਸਟੇਟਾਂ ਦਾ ਪਾਣੀ ਇੱਧਰ ਹੀ ਆਉਂਦਾ ਜੀ ਸਾਰੇ ਗੇਟ ਨੇ 8 ਨੰਬਰ ਤੱਕ ਠੀਕ ਹੈ ਅਰੇ ਗੇਟਾਂ ਦੀ ਹਾਈਟ ਲੱਗੀ ਵੀ ਹੈ ਸਾਰਾ ਕੁਝ ਹੋਇਆ ਉੱਪਰ ਚੜ ਸਕਦੇ ਨੇ ਹਾਂ ਚੜ ਸਕਦੇ ਆ ਆ ਕੇ ਗੇਟ ਦੇਖੋ ਕਿੰਨਾ ਜ਼ੋਰ ਨਾਲ ਪਾਣੀ ਨਿਕਲ ਰਿਹਾ ਨਾ ਉਹ ਅੱਗੇ ਵਾਲੇ ਸਾਰੇ ਫਲੱਡ ਗੇਟ ਆ ਗਏ ਜਿਹੜੇ ਪਾਕਿਸਤਾਨ ਜਾਂਦੇ ਹੈਗੇ ਉਹ ਧੁਰ ਤੋਂ ਧੁਰ ਤੱਕ ਦੇਖੋ ਤੁਸੀਂ ਕਿੰਨਾ ਦੂਰ ਤੱਕ ਹੈ ਇੱਧਰ ਪਾਣੀ ਦੇ ਵਿੱਚ ਦੇਖੋ ਕੀ ਉੱਗਿਆ ਪਿਆ ਇੱਥੇ ਫੁੱਲ ਵੀ ਪਾਏ ਜਾਂਦੇ ਆ ਦੇਖੋ ਲਿਖਿਆ ਹੋਇਆ ਯਾਰ ਪਾਣੀ ਦੇਖੋ ਤੁਸੀਂ ਕਿੰਨਾ ਆਉਂਦਾ ਨਾ ਮਤਲਬ ਵੀ ਕਿੰਨਾ
ਸਾਰਾ ਮਤਲਬ ਤਿੰਨ ਸਟੇਟਾਂ ਦਾ ਪਾਣੀ ਇਕੱਠਾ ਹੋ ਕੇ ਇੱਥੇ ਆਉਂਦਾ। ਇਹ ਲਾ ਲਓ ਹੁਣ ਤੁਸੀਂ ਹਿਸਾਬ ਵੀ ਕਿੰਨਾ ਪਾਣੀ ਹੋਣਾ, ਦੇਖੋ ਕਿੰਨੀ ਸਪੀਡ ਨਾਲ ਪਾਣੀ ਜਾ ਰਿਹਾ ਅਤੇ ਸਾਰਾ ਘਾਹ ਫੂਸ ਸਾਰਾ ਪਾਣੀ ਚਿੱਗਿਆ ਹੋਇਆ ਇਹ। ਆਹ ਦੋ ਨਹਿਰਾਂ ਨੇ, ਉੱਧਰ ਤਾਂ ਫਿਰ ਪਾਣੀ ਘੱਟ ਹੀ ਜਾਂਦਾ ਹੋਣਾ ਨਾ, ਉੱਧਰ ਨਹੀਂ ਛੱਡਦੇ ਉਹ ਪਾਕਿਸਤਾਨ ਪਿੰਡ ਤਾਂ ਜਮਾਂ ਐਂਡ ਤੇ ਛੱਡਦੇ ਜਮਾਂ ਐਂਡ। ਹਾਂ ਵੀ ਜਦੋਂ ਜ਼ਿਆਦਾ ਮਜਬੂਰੀ ਹੋ ਜਾਵੇ। ਹਾਂ ਉੱਧਰਲੇ ਪਾਕਿਸਤਾਨ ਵਾਲੇ ਬੰਦ ਹੀ ਰਹਿੰਦੇ ਆ ਜ਼ਿਆਦਾਤਰ, ਉਦੋਂ ਹੀ ਛੱਡਦੇ ਆ ਜਦੋਂ ਜ਼ਿਆਦਾ ਪਾਣੀ ਇੱਧਰ ਆ ਜਾਵੇ, ਕਿਉਂਕਿ ਫਿਰ ਉੱਧਰ ਜ਼ਿਆਦਾ ਨੁਕਸਾਨ ਹੋਣ ਦਾ ਚਾਂਸਿਸ ਹੁੰਦੇ ਨੇ ਫਿਰ। ਆਹ ਗੁਰਦੁਆਰਾ ਸਾਹਿਬ ਦੀ ਐਂਟਰੀ ਇੱਥੋਂ ਆ, ਉਹ ਅੱਗੇ ਦਰਬਾਰ ਸਾਹਿਬ ਆ ਗਿਆ ਅੱਗੇ, ਅਤੇ ਇੱਥੇ ਪਾਰਕ ਵੀ ਬਹੁਤ ਸੋਹਣਾ ਬਣਿਆ ਹੋਇਆ। ਚਲੋ ਆਪਾਂ ਫਿਰ ਨਿਕਲਦੇ ਹਾਂ ਹੁਣ ਅੱਗੇ ਨੂੰ, ਕਿੱਧਰ ਨੂੰ ਚੱਲੀਏ ਹੁਣ ਆਪਾਂ ਅੱਗੇ? ਹੁਣ ਆਪਾਂ ਜਾਵਾਂਗੇ ਇੱਥੇ ਪਠਾਨਕੋਟ, ਅੱਗੇ ਜਾ ਕੇ ਹੁਣ ਆਪਾਂ ਪਠਾਨਕੋਟ ਜਾ ਕੇ ਫਿਰ ਦੇਖਦੇ ਹਾਂ ਕੋਈ ਫਿਰ ਜੰਮੂ ਜਾਂ ਸ਼੍ਰੀਨਗਰ ਸਟੇਅ ਕਰਾਂਗੇ। ਸ਼੍ਰੀਨਗਰ ਨਹੀਂ ਹੋਣੀ, ਜੰਮੂ ਤੱਕ ਤਾਂ ਪਹੁੰਚ, ਜੰਮੂ ਤੱਕ ਹੋ ਸਕਦੀ ਹੈ, ਸ਼੍ਰੀਨਗਰ ਨਹੀਂ। ਬਾਕੀ ਦੇਖੋ ਫਿਰ ਤਾਂ 250 ਕਿਲੋਮੀਟਰ ਹੀ ਆਏ ਹਾਂ ਸਰ। 250 ਵੀ ਨਹੀਂ ਆਏ, 250 ਵੀ ਨਹੀਂ ਆਏ, 100 ਕੀ ਆਏਗੇ ਲੱਗਦਾ ਆਇਆ ਜੀ, 250 ਮੈਂ ਆ ਗਿਆ ਤੂੰ ਨਹੀਂ ਨਾ ਆਇਆ। ਚਲੋ ਜੀ ਅੱਗੇ ਚੱਲਦੇ ਹਾਂ ਫਿਰ। ਆਪਾਂ ਆ ਗਏ ਜੀ ਅੰਮ੍ਰਿਤਸਰ ਸਾਹਿਬ, ਅਤੇ ਹਲੇ ਵੀ ਰਸਤਾ ਪਿਆ ਆਪਣਾ 200 ਕਿਲੋਮੀਟਰ ਪਿਆ ਹਲੇ ਵੀ, ਅਤੇ 4.5 ਘੰਟੇ ਲੱਗਣੇ ਆ ਹਲੇ ਜੰਮੂ ਤੋਂ ਹੀ ਲਾ ਨਾ ਆਪਾਂ। ਹਾਂ ਜੰਮੂ ਦਾ 8 ਵਜੇ 8 ਵਜੇ ਦਾ ਟਾਈਮ ਦਿਖਾ ਰਿਹਾ ਮੈਪ ਵੀ 8 ਵਜੇ ਪਹੁੰਚਾਂਗੇ। ਰਸਤਾ ਸਾਫ ਹੈ, ਜਾਮ ਲੱਗਿਆ ਹੋਇਆ ਉਹ ਹਾਈਵੇ ਤੇ ਕੋਟਕਪੂਰੇ ਵਾਲੇ ਹਾਈਵੇ ਤੇ ਹੁਣ ਇੱਧਰ ਸਾਡਾ 25 ਕਿਲੋਮੀਟਰ ਦਾ ਫਾਲਤੂ ਦਾ ਡਿਸਟੈਂਸ ਵੱਧ ਗਿਆ, ਤੇ ਇੱਧਰ ਬਾਕੀ ਰੋਡ ਵੀ ਸਿੰਗਲ ਜੀ ਆ ਗਈ, ਟੁੱਟੀ ਰੋਡ ਆ ਗਈ, ਉਹਨੇ 25 ਕਿਲੋਮੀਟਰ ਫਾਲਤੂ ਦਾ ਆਪਾਂ ਨੂੰ ਗੇੜਾ ਪੈ ਜਾਣਾ, ਅਤੇ ਟਾਈਮ ਵੀ 1 ਘੰਟਾ ਵੱਧ ਗਿਆ ਆਪਣਾ, 8:50 ਦਾ ਟਾਈਮ ਕਹਿ ਰਿਹਾ ਵੀ ਜੰਮੂ ਪਹੁੰਚਣਾ ਤੁਸੀਂ। ਬਾਕੀ ਰਸ਼ ਬਹੁਤ ਹੋਇਆ ਪਿਆ ਇੱਥੇ, ਲਾਈਨ ਲੱਗੀ ਪਈ ਆ। ਬਾਕੀ ਇੱਥੇ ਆਹ ਦੇਖੋ ਆਹ ਸਾਰਾ ਅੱਗੇ ਰੈੱਡ ਹੋਇਆ ਪਿਆ ਹੈਗਾ, ਨੌ ਤੋਂ ਪਹਿਲਾਂ ਨਹੀਂ ਪਹੁੰਚਦੇ, 9 ਵਜੇ ਜਾਣਗੇ। 160 ਕਿਲੋਮੀਟਰ ਪਿਆ ਹਲੇ, ਅਤੇ ਆ ਗਏ ਅਸੀਂ 245 ਨਹੀਂ 300, ਹਾਂ 360 ਦਾ ਟੋਟਲ ਹੋ ਗਿਆ, ਪਰ ਤੇਰੇ ਬਠਿੰਡੇ ਤੋਂ 261 ਲਾ ਲਾ, 250 ਲਾ ਲਾ ਵੀ ਇੰਨਾ ਕੁ ਅਸੀਂ ਆ ਗਏ ਹਾਂ। ਟਾਈਮ ਹੋ ਗਿਆ ਹੁਣ 5 ਵੱਜ ਗਏ, 4 ਘੰਟੇ ਮਤਲਬ ਹੋਰ ਲੱਗਣਗੇ ਹੁਣ ਮੋਟੇ ਜੇ। ਡਿਸਟੈਂਸ ਤਾਂ ਕੋਈ ਬਾਹਲਾ ਨਹੀਂ ਆ, ਪਰ ਜਾਮ ਵੀ ਬਹੁਤ ਲੰਬਾ, ਆਪਾਂ ਆ ਗਏ ਜੀ ਕੋਟਕਪੂਰੇ, ਤੇ ਕੋਟਕਪੂਰਾ ਹਲੇ ਸ਼ਹਿਰ 2-3 ਕਿਲੋਮੀਟਰ ਦੂਰ ਹੈਗਾ ਹਲੇ, ਪਰ ਤੁਸੀਂ ਲਾ ਲਓ ਵੀ ਕੋਟਕਪੂਰਾ ਹੀ ਆ ਇਹ, ਅਤੇ ਇੱਥੇ ਥੋੜ੍ਹਾ ਖਾਣ ਪੀਣ ਰੁਕੇ ਸੀਗੇ, ਨਮਕੀਨ ਵਗੈਰਾ ਗੋਲ ਗੱਪੇ ਵਗੈਰਾ ਖਾਧੇ ਆ, ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਜੰਮੂ ਵੱਲ। ਰਸਤਾ ਬੜਾ ਸਾਫ਼ ਹੈ, ਅਤੇ ਮੁਕੇਰੀਆਂ ਵਾਲੇ ਰੋਡ ਤੋਂ ਆਏਗੇ ਆਪਾਂ ਹੁਣ। 25 ਕਿਲੋਮੀਟਰ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਐਕਸਟਰਾ ਪੈ ਗਿਆ, ਅਤੇ ਰੋਡ ਦਾ ਮਤਲਬ ਤੁਸੀਂ ਐਂ ਕਹਿ ਲਓ ਵੀ ਜਿਵੇਂ 3 ਘੰਟੇ ਪਏ ਆ, ਮੈਂ ਥੱਲੇ ਉਤਰੇ ਸੀਗੇ ਨਹੀਂ ਤਾਂ ਸਿੱਧਾ ਹਾਈਵੇ ਜਾਣਾ ਸੀਗਾ ਅਸੀਂ ਇੱਥੋਂ। ਇਹ ਲਾ ਲਓ ਵੀ 3 ਘੰਟੇ ਹੋਰ ਲੱਗਣਗੇ ਹਲੇ ਜੰਮੂ ਦੇ,
ਤਿੰਨ ਘੰਟੇ ਲੱਗਣਗੇ ਨਾ ਤਿੰਨ ਸਾਢੇ ਤਿੰਨ ਨੌ ਸਾਢੇ ਨੌ ਵਜੇ ਦਾ ਅੰਦਾਜ਼ਾ ਹੈ ਵੀ ਪਹੁੰਚਣ ਦਾ ਅਤੇ ਫਿਰ ਚਲੋ ਚੱਲਦੇ ਹਾਂ ਪਹੁੰਚ ਕੇ ਕਰਦੇ ਹਾਂ ਫਿਰ ਤੁਹਾਡੇ ਨਾਲ ਜੰਮੂ ਆਪਾਂ ਜੀ ਪਹੁੰਚ ਗਏ ਜੰਮੂ ਟਾਈਮ ਬਹੁਤ ਲੱਗ ਗਿਆ ਸਾਨੂੰ 9:50 ਹੋ ਗਏ ਅਤੇ ਖੱਜਲ ਖੁਆਰ ਹੁੰਦੇ ਹੋਏ ਸਾਨੂੰ ਇੱਕ ਹੋਟਲ ਮਿਲੀ ਆ ਹੁਣ ਅਸੀਂ ਥੋੜ੍ਹਾ ਖਾਣਾ ਖਾਣ ਆਏ ਹੋਏ ਹਾਂ ਭੁੱਖ ਜੀ ਬਹੁਤ ਲੱਗੀ ਹੋਈ ਸੀ ਬੈਠੇ ਹਾਂ ਢਾਬੇ 'ਤੇ ਥੋੜ੍ਹਾ ਰੋਟੀ ਖਾਣ ਉਹ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ ਆਪਾਂ ਜੀ ਖਾਣਾ ਪੀਣਾ ਖਾਣ ਤੋਂ ਬਾਅਦ ਇੱਥੇ ਰੂਮ ਲੈ ਲਿਆ ਸੀਗਾ ਲਾਗੇ ਇੱਕ ਹੋਟਲ ਸੀਗਾ 10 ਵੱਜ ਗਏ ਸੀਗੇ ਅਤੇ ਫਿਰ ਸਾਨੂੰ ਇਹ ਸੀ ਵੀ ਕੋਈ ਨਾ ਕੋਈ ਮਿਲ ਜਾਵੇ ਬਸ ਕੋਈ ਬੰਦ ਨਾ ਹੋ ਜਾਵੇ ਅਤੇ ਸਾਨੂੰ ਜਿੱਥੇ ਅਸੀਂ ਰੋਟੀ ਖਾਧੀ ਉੱਥੇ ਨਾਲ ਹੀ ਮਤਲਬ ਸਾਨੂੰ ਮਿਲ ਗਿਆ ਸੀਗਾ ਰੂਮ ਅਤੇ ਵਧੀਆ ਡੀਸੈਂਟ ਜਿਹਾ ਰੂਮ ਆ 1000 ਰੁਪਏ ਦਾ ਕਮਰਾ ਮਿਲ ਗਿਆ ਸੀਗਾ ਸਾਨੂੰ ਅਤੇ ਵਧੀਆ ਅਤੇ ਮੈਂ ਜੇ ਦਿਖਾਵਾਂ ਤੁਹਾਨੂੰ ਆਹ ਇੱਕ ਬੈੱਡ ਆ ਪਿੱਛੇ ਅਤੇ ਇੱਧਰ ਆਪਣਾ ਕਾਊਚ ਆ ਅਤੇ ਉਹ ਪਿੱਛੇ ਉੱਧਰ ਟੋਇਲਟ ਆ ਬਸ ਅਤੇ ਏ ਸੀ ਵਗੈਰਾ ਲੱਗਿਆ ਸੀਗਾ ਗਰਮੀ ਦਾ ਕੋਈ ਦਿੱਕਤ ਨਹੀਂ ਆਈ ਅਤੇ ਸਹੀ ਸੀ ਮਤਲਬ ਕੁੱਲ ਮਿਲਾ ਕੇ ਡੀਸੈਂਟ ਜਿਹਾ ਚੀਜ਼ ਚਾਹੀਦਾ ਸੀ ਸਾਨੂੰ ਤਾਂ ਉਹ ਮਿਲ ਗਿਆ ਸੀਗਾ ਅਤੇ ਨਾਲੇ ਚੀਪ ਵੀ ਆ ਐਕਸਪੈਂਸਿਵ ਵੀ ਆ ਵਾਲਾ ਹੈ ਨਹੀਂ ਗਾ ਅਤੇ ਚਲੋ ਜੀ ਫਿਰ ਕੱਲ੍ਹ ਨੂੰ ਨਿਕਲਦੇ ਹਾਂ ਫਿਰ ਆਪਾਂ ਸ਼੍ਰੀਨਗਰ ਵੱਲ ਨੂੰ ਅਤੇ ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ ਸਵੇਰੇ